ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪਾਂ ਕੱਲ੍ਹ 27 ਤਾਰੀਖ ਨੂੰ ਆਪਾਂ ਯਾਤਰਾ ਕੀਤੀ ਸੀ ਹੇਮਕੁੰਡ ਸਾਹਿਬ ਦੀ, ਅਤੇ ਹੁਣ ਆਪਾਂ ਆਏ ਸੀ ਬਦਰੀਨਾਥ। ਕੱਲ੍ਹ ਆਪਾਂ ਸ਼ਾਮ ਨੂੰ 5 ਵਜੇ ਤੱਕ ਆਏ ਸੀ ਵਾਪਸ, ਅਤੇ ਆਪਾਂ 5 ਵਜੇ ਨਿਕਲ ਰਹੇ ਸੀ ਬਦਰੀਨਾਥ ਵਾਸਤੇ। ਅਤੇ ਆਪਾਂ ਬਦਰੀਨਾਥ ਤੋਂ 1 ਕਿਲੋਮੀਟਰ ਦੂਰ ਹੈਗੇ ਹਾਂ, ਸ਼ਾਇਦ ਚਮੋਲੀ ਹੈਗਾ, ਅਤੇ ਇੱਥੇ ਆਪਾਂ ਊਰਵਸ਼ੀ ਰਿਜ਼ੋਰਟ 'ਚ ਰੁਕੇ ਸੀ। ਆਪਾਂ ਊਰਵਸ਼ੀ ਰਿਜ਼ੋਰਟ 'ਚ, ਬਹੁਤ ਚੰਗਾ ਰਿਜ਼ੋਰਟ ਹੈ, ਬਹੁਤ ਚੰਗਾ ਕਮਰਾ ਹੈ, ਠੀਕ ਹੈ, ਬਹੁਤ ਮਜ਼ਾ ਆਇਆ ਸਾਨੂੰ। ਇਹ ਵਿਊ ਦੇਖੋ ਇੱਧਰਾਂ ਦਾ, ਇਹ ਹੈਗਾ ਵਿਊ, ਹੈਗਾ ਕਮਰਾ, ਮੈਂ ਤੁਹਾਨੂੰ ਹੁਣੇ ਵਿਖਾਵਾਂਗਾ। ਅਤੇ ਆਹ ਦੇਖੋ, ਹਾਲੇ ਵੀ ਬਰਫ਼ ਪਈ ਹੋਈ ਹੈ। 28 ਜੂਨ 2019, ਹਾਲੇ ਵੀ ਬਰਫ਼ ਪਈ ਹੋਈ ਹੈ। ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਸਾਹ ਦੀ। ਆਪਾਂ ਕਮਰੇ 'ਚ ਹੁੰਦੇ ਹਾਂ ਅਤੇ ਸਾਹ ਨਹੀਂ ਆਉਂਦਾ, ਆਕਸੀਜਨ ਘੱਟ ਹੈਗੀ ਹੈ। ਅਤੇ ਇਹ ਹੈਗੀ ਹੈ ਮੇਰੀ ਬਾਈਕ ਦਿੱਲੀ ਤੋਂ ਉੱਤਰਾਖੰਡ ਬਦਰੀਨਾਥ। ਨਾਓ ਵੀ ਆਰ ਗੋਇੰਗ ਟੂ ਮਾਨਾ, ਅਭੀ ਹਮ ਜਾਏਂਗੇ ਮੰਦਿਰ ਜਾਏਂਗੇ, ਬਦਰੀਨਾਥ ਜੀ ਕੇ ਮੰਦਿਰ ਜਾਏਂਗੇ, ਵਹਾਂ ਸੇ ਹਮ ਆਗੇ ਮਾਨਾ ਕੇ ਲੀਏ ਨਿਕਲੇਂਗੇ। ਮਾਨਾ ਮੇਂ ਵੀ ਇਹ ਬਤਾ ਰਹੇ ਥੇ ਕਿ 3-4 ਜਗ੍ਹਾ ਹੈ ਆਪਣਾ ਘੁੰਮਣੇ ਕੇ ਲੀਏ, ਭੀਮ ਪੁਲ ਬਤਾ ਰਹੇ ਥੇ ਔਰ 2-3 ਜਗ੍ਹਾ ਔਰ ਬਤਾ ਰਹੇ ਥੇ। ਤੋ ਵਹਾਂ ਜਾਏਂਗੇ ਔਰ ਜੈਸੇ ਜੈਸੇ ਜਾਏਂਗੇ ਵੈਸੇ ਵੈਸੇ ਆਪਕੋ ਅਪਡੇਟ ਦੇਤੇ ਰਹੇਂਗੇ, ਹੈ ਨਾ। ਤੋ ਹੁਣ ਮੈਂ ਤੁਹਾਨੂੰ ਵਿਖਾਵਾਂ ਥੋੜ੍ਹਾ ਜਿਹਾ। ਇਹ ਦੇਖੋ ਜੀ, ਇਹ ਕਿਹੋ ਜਿਹਾ ਪਕਸ਼ੀ ਹੈਗਾ, ਮੈਂ ਕਦੀ ਨਹੀਂ ਵੇਖਿਆ। ਆਹ ਦੇਖੋ, ਆਹ ਦੇਖੋ ਕਾਲਾ ਕਾਲਾ, ਪਤਾ ਨਹੀਂ ਕੀ ਹੈਗਾ, ਕਾਲਾ ਕਾਲਾ ਜਿਹਾ। ਪਰ ਜੋ ਵੀ ਆ, ਪਹਾੜੀ ਪਕਸ਼ੀ ਆਉਣੇ ਆ। ਅਤੇ ਆਹ ਦੇਖੋ ਜੀ ਵਿਊ, ਦੇਖੋ ਵਿਊ, ਬਹੁਤ ਸੋਹਣਾ ਵਿਊ ਹੈਗਾ ਬਹੁਤ। ਆਪਾਂ ਰਾਤ ਨੂੰ ਇੰਨੇ ਥੱਕੇ ਹੋਏ ਸੀ, 5 ਮਿੰਟ ਵੀ ਆਪਾਂ ਰੈਸਟ ਨਹੀਂ ਕੀਤਾ, ਆਪਾਂ ਲੇਟੇ ਅਤੇ ਬਸ ਗਏ। ਫਿਰ ਆਪਾਂ ਉੱਠੇ ਸਵੇਰੇ 4-5 ਵਜੇ, ਤਦ ਵੀ ਉੱਠਣ ਦੀ ਹਿੰਮਤ ਨਹੀਂ ਹੋ ਰਹੀ ਸੀ। ਅਤੇ ਆਪਾਂ ਫਿਰ ਉੱਠੇ 8 ਵਜੇ ਉੱਠੇ ਆਰਾਮ ਨਾਲ, ਕਿਉਂਕਿ ਆਪਾਂ ਬਹੁਤ ਥੱਕੇ ਹੋਏ ਸੀ। ਅਤੇ ਆਹ ਦੇਖੋ ਜੀ, ਆਹ ਦੇਖੋ ਕਿੰਨਾ ਸੋਹਣਾ ਨਜ਼ਾਰਾ। ਚਲੋ ਜੀ, ਹੁਣ ਆਪਾਂ ਨਿਕਲੀਏ ਊਰਵਸ਼ੀ ਰਿਜ਼ੋਰਟ। ਬਹੁਤ ਵਧੀਆ ਰਿਜ਼ੋਰਟ ਸੀਗਾ, ਬਹੁਤ ਵਧੀਆ ਕਮਰਾ ਹੈਗਾ। ਅਤੇ ਸਾਹਮਣੇ ਧਰਮਸ਼ਾਲਾ ਵੀ ਹੈਗੀ ਆ, ਅਤੇ ਮੈਨੂੰ ਇਹ ਚੰਗੀ ਨਹੀਂ ਲੱਗੀ, ਅਤੇ ਮੈਂ ਕਿਹਾ ਮੈਂ ਵੇਖੀ ਵੀ ਨਹੀਂ, ਮੈਨੂੰ ਉਂਝ ਵੀ ਚੰਗੀ ਨਹੀਂ ਲੱਗਦੀ ਸੀ, ਧਰਮਸ਼ਾਲਾ ਤਾਂ ਧਰਮਸ਼ਾਲਾ ਹੀ ਹੁੰਦੀ ਹੈ। ਅਤੇ ਮੈਂ ਸੋਚਿਆ ਕਿ ਚਲੋ ਕੋਈ ਨਹੀਂ, ਆਪਾਂ ਰਿਜ਼ੋਰਟ ਵੇਖਦੇ ਹਾਂ ਇੱਕ ਵਾਰ। ਰਿਜ਼ੋਰਟ ਵੇਖਿਆ ਅਤੇ ਰਿਜ਼ੋਰਟ ਪਸੰਦ ਆਇਆ ਮੈਨੂੰ। ਆਪਾਂ ਰਿਜ਼ੋਰਟ ਵਿੱਚ ਰੁਕਦੇ ਹਾਂ, ਅਤੇ ਇੱਥੇ ਚੜ੍ਹਾਈ ਬੜੀ ਮੁਸ਼ਕਿਲ ਹੈਗੀ ਹੈ। ਮੇਰੀ ਬਾਈਕ 'ਤੇ ਜਾਨ ਨਿਕਲ ਗਈ ਸੀ ਚੜ੍ਹਦੇ ਚੜ੍ਹਦੇ, ਅਤੇ ਹੁਣ ਚਲੋ ਇਹ ਚੰਗਾ ਹੈ ਕਿ ਹੁਣ ਆਪਾਂ ਉਤਰਨਾ, ਅਤੇ ਉਤਰਨ ਵਾਸਤੇ ਚਲੋ ਵਧੀਆ ਹੈਗਾ। ਆਹ ਦੇਖੋ ਜੀ, ਇਹ ਹੈਗਾ ਰੂਮ ਸਾਡਾ ਰਿਜ਼ੋਰਟ ਦਾ, ਬਹੁਤ ਹੀ ਜ਼ਿਆਦਾ ਸੋਹਣਾ ਹੈ, ਬਹੁਤ ਹੀ ਜ਼ਿਆਦਾ। 102 ਨੰਬਰ ਰੂਮ 'ਚ ਆਪਾਂ ਰੁਕੇ ਸੀ। ਆਹ ਦੇਖੋ, ਅਤੇ ਇੱਧਰੋਂ ਦੀ ਨਜ਼ਾਰਾ ਬਹੁਤ ਸੋਹਣਾ ਹੈ, ਸਾਹਮਣੇ ਪਹਾੜ ਵਿਖਦੇ ਨੇ। ਆਪਾਂ ਸੋਚ ਰਹੇ ਜੀ ਆਪਾਂ ਇੱਥੇ ਬਹਿ ਕੇ ਨਾਸ਼ਤਾ ਕਰਾਂਗੇ, ਅਤੇ ਸਾਹਮਣੇ ਪਹਾੜ ਵੇਖਦੇ ਹੋਏ ਬਾਰੀ ਖੋਲ੍ਹ ਲਵਾਂਗੇ, ਠੰਡੀ ਠੰਡੀ ਹਵਾ ਆਏਗੀ। ਬਟ ਇਹ ਕਹਿ ਰਿਹਾ ਇੱਥੇ ਫੂਡ ਦਾ ਅਰੇਂਜਮੈਂਟ ਨਹੀਂ ਹੈਗਾ, ਅਤੇ ਚਲੋ ਕੋਈ ਨਹੀਂ, ਆਪਾਂ ਆ ਕੇ ਜਾ ਕੇ ਬ੍ਰੇਕਫਾਸਟ ਕਰਾਂਗੇ। ਅਤੇ ਚਲੋ ਜੀ, ਸਾਨੂੰ ਵਿਦਾ ਦਿਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਗੇ ਆਪਾਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ।